ਕਿ ਜਿਹੜਾ ਦੁਸਹਿਰਾ ਮੈਂਬਰਾਂ ਦੇ ਸਹਿਯੋਗ ਨਾਲ ਲੱਗਦਾ ਹੈ ਅਮਰ ਟੈਂਟ ਦੀ ਫੌਜ ਕਰੂਗੀ ਮੌਜ ਸਾਡੀ ਰਾਮਲੀਲਾ ਦੀ ਰੀੜ ਦੀ ਹੱਡੀ ਸ਼ਕਤੀ ਜੀ ਜਿਹਨਾਂ ਨੇ ਬੜਾ ਡੇਢ ਮਹੀਨੇ ਤੋਂ ਪਿਛਲੇ ਆਪਣਾ ਕੰਮ ਕਰ ਛੱਡ ਕੇ ਬੱਲੇ 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 ਇਹ ਛਤਰੀਆਂ ਵੀ ਨਵੀਆਂ ਪਰ ਸਲਮਾਨ ਆਪਣਾ ਪੁਰਾਣਾ ਹੀ ਆ ਥੋੜ੍ਹਾ ਜਿਹਾ ਅੱਗੇ ਐਂਟਰ ਕਰ ਲਓ ਪਹਿਲਾਂ ਐਂਟਰ ਕਰ ਲਓ ਇਹਨੂੰ ਸਾਡੇ ਮੈਂਬਰ ਸਾਰਾ ਕਮੇਟੀ ਜਸ਼ੂ ਮਲਹੋਤਰਾ ਜੀ ਹਨੇਸ਼ ਮਹਿਤਾ ਜੀ ਸੌਰਵ ਜੀ ਸਾਡੇ ਮੈਂਬਰ ਸਾਰਾ ਕਮੇਟੀ ਅਗਨਾਥ ਜੀ ਸਾਡੇ ਕੌਂਸਲਰ ਸਾਹਿਬ ਮੈਂਬਰ ਬਾਕੀ ਸਾਰੇ ਬਾਹਰ ਕਢਵਾ ਦੇਣੇ ਆਪਾਂ ਜਿੰਨੇ ਵੀ ਇਹ ਪੀਲੇ ਵਾਲੇ ਆ ਆਹ ਲੈ ਲਓ ਆ ਕੇ ਮਿਲ ਲਿਆ ਇੱਥੇ ਆ ਜਾਓ ਸੌਰਵ ਸੌਰਵ ਵਾਸਤੇ ਬਾਲਮਿੰਦਰ ਜੀ ਪੱਪੂ ਸਰਵ ਰਸਤੇ ਸਾਈਡ ਤੇ ਹੋ ਜਾਓ ਰਸਤਾ ਛੱਡ ਕੇ ਖੜੇ ਹੋ ਸਾਈਡ ਤੇ ਜਿੱਥੇ ਵੀ ਹੋਣ ਸੌਰਵ ਸ਼ਰਮਾ ਸਰਦਾਰ ਪ੍ਰੀਤਮ ਸਿੰਘ ਜੀ ਜੀਆ ਨੂੰ ਮੈਂਬਰ ਸਾਰਾ ਕਮੇਟੀ ਵੈਲਕਮ ਚਾਕੀ ਵਾਲੇ ਵੀਰਾਂ ਨੂੰ ਬੇਨਤੀ ਆ ਮੈਂ ਉੱਪਰ ਨਾ ਚੜ੍ਹਾ ਉੱਥੇ ਤੁਹਾਡੀ ਖੂਹ ਲਿਖੋ ਚਾਕੀ ਗਰਾਊਂਡ ਆਪਣਾ ਤਾਂ ਬਹੁਤ ਆ ਅਤੇ ਪੱਕੀ ਛੱਡ ਰਹੇ ਉੱਥੇ ਬੰਦੇ ਹਟਾ ਕੇ ਇੱਧਰ ਭੇਜ ਦਿਓ ਇਹ ਲੇਡੀਜ਼ ਲਈ ਹੈ ਇਹਨੂੰ ਪੱਕੀ ਛੱਡ ਬਣੀ ਹੋਈ ਹੈ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਪੱਕੀ ਛੱਡ ਦਿਓ ਮੇਰੇ ਵੀਰਾਂ ਨੂੰ ਪਿੱਛੇ ਕਰ ਦਿਓ ਕਿਉਂਕਿ ਲੇਡੀਜ਼ ਆ ਰਹੀ ਹੈ ਰਸ਼ ਵੱਧਦਾ ਜਾ ਰਿਹਾ ਆ ਜਿਹੜੇ ਛੱਡ ਪੱਕੀ ਛੱਡ ਥੱਲੇ ਖੜ੍ਹੇ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਸਾਰਾ ਕਮੇਟੀ ਵੱਲੋਂ ਬੇਨਤੀ ਹੈ ਕਿ ਟਰਾਲੀਆਂ 'ਚ
ਸਾਰਾ ਕਮੇਟੀ ਜੀਆਂ ਸਾਡੀਆਂ ਭੈਣਾਂ ਦੇ ਲਈ ਅਰਕੇਸ਼ ਪੰਜੀ
ਮਾਸਕ ਪਾ ਲਿਆ ਮੇਰੇ ਵੀਰ ਕਾਲੇ ਨੂੰ ਘੱਟ ਜੀ ਗੋਲਡ ਗੋਲਡ ਚੌਧਰੀ ਸੰਤੋਖ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਕਰਮਜੀਤ ਕੌਰ ਅਸੀਂ ਜੀਆ ਆਖਦੇ ਰਾਮਲਾਲ ਸਰਾ ਕਮੇਟੀ ਵੱਲੋਂ ਸਾਡੇ ਨਾਲ ਯਸ਼ੂ ਕੌਸਲ ਸਾਹਿਬ ਜੀਆ ਨੂੰ ਜੀਵਨ ਦਾਸ ਜੀ ਕੌਸਲ ਸਾਹਿਬ ਜੀਆ ਨੂੰ ਸਬੰਧੀ ਹੈ ਆ ਪਿੱਛੇ ਕੁਰਸੀਆਂ ਹੈਗੀ ਆਇਓ ਕੌਸਲ ਸਾਹਿਬ ਜਿਵੇਂ ਵੀ ਭਾਈ ਸਿਰ ਪਿੱਛੇ ਕਰਿਓ ਭਾਜੀ ਔਰ ਅਸੀਂ ਨਗਰ ਕੌਂਸਲ ਦਾ ਬੜਾ ਧੰਨਵਾਦ ਕਰਦੇ ਹਾਂ ਪੀਓ ਸਾਹਿਬ ਦਾ ਔਰ ਐਮਸੀ ਸਾਹਿਬਾਨ ਔਰ ਜਿੰਨੇ ਵੀ ਸਾਡੇ ਸੇਵਾਦਾਰ ਹੈ ਜਿਨ੍ਹਾਂ ਨੇ ਸ਼ਹਿਰ ਦੀ ਸਫਾਈ ਕੀਤੀ ਹੈ ਉਹ ਵੀ ਆਪਣਾ ਸਨਮਾਨ ਚ ਲੈ ਲੈਣ ਐਸ ਐਚ ਓ ਸਾਹਿਬ ਸਰਦਾਰ ਗੋਬਿੰਦ ਸਿੰਘ ਜੀ ਨੂੰ ਬੇਨਤੀ ਹੈ ਕਿ ਮੰਚ ਤੇ ਆ ਜਾਣ ਜਰਾ ਅੱਜ ਮੇਰਾ ਇੱਕ ਮਿੰਟ ਦੋ ਜੀ ਕੇਵਲ ਆ ਰਹੇ ਲਾਓ ਗਿਆ ਇੱਕ ਮਿੰਟ ਕਿਉਂਕਿ ਪਬਲਿਕ ਦਾ ਕੰਟਰੋਲ ਕਰਨਾ ਸ਼ਹਿਰੀ ਪ੍ਰਧਾਨ ਜੈਨ ਸਾਹਿਬ ਜੀਆਂ ਨੂੰ ਔਰ ਸਾਡੇ ਈ ਟੀ ਓ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਮੈਰਾਵੇ ਸੜਕ ਕਮੇਟੀ ਵੱਲੋਂ ਜੀਆਂ ਆਖਦਾ ਇਹਨਾਂ ਨੂੰ ਐਸ ਐਚ ਓ ਸਾਹਿਬ ਸਾਈਡ ਤੇ ਕਰਾ ਦਿਓ ਮੇਰੇ ਜਿਹੜਾ ਸਾਡੇ ਪੀ ਡੀ ਓ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਮੈਂ ਜੀਆਂ ਆਖਦਾ ਰਾਮਲਾਲ ਸਰਾ ਕਮੇਟੀ ਵੱਲੋਂ ਅਸੀਂ ਧੰਨਵਾਦ ਕਰਦੇ ਹਰ ਉਸਦਾ ਜਿੰਨੇ ਬੱਚੇ ਜਿੰਨੀਆਂ ਮੇਰੀਆਂ ਭੈਣਾਂ ਮਾਤਾਵਾਂ ਬਜ਼ੁਰਗ ਵੀਰ ਆਇਆ ਸਾਰਿਆਂ ਨੂੰ ਰਾਮਲਾਲ ਸਰਾ ਕਮੇਟੀ ਵੱਲੋਂ ਜੀਆਂ ਨੂੰ ਜੀਆਂ ਨੂੰ ਜੀਆਂ ਨੂੰ ਕਿਉਂਕਿ ਤੁਸੀਂ ਬੜੇ ਭਾਰੀ ਇਕੱਠ ਚਾਹੋ ਇਸ ਵੇਲੇ ਗਰਾਊਂਡ ਦੇ ਚਾਰੇ ਪਾਸੇ ਪੂਰਾ ਪੰਡਾਲ ਇਸ ਵੇਲੇ ਖਚਾ ਖਚ ਭਰਿਆ ਪਿਆ ਪੂਰੀ ਗਰਾਊਂਡ ਜੀ ਰਾਮ ਲਾਇਆ ਜੀ ਪੰਜ ਸਾਹਿਬ ਆ ਜਾਓ ਇਹ ਵੀ ਸਾਡੇ ਪੁਰਾਣੇ ਮਦਦ ਕਰੋ ਜੀ ਕਰੋ ਆਜੋ ਪੰਜ ਸਾਹਿਬ ਸੁਭਾਸ਼ ਜੀ ਆ ਜਾਓ ਤੁਸੀਂ ਵੀ ਸੁਭਾਸ਼ਾ ਦੇ ਕਰਦੇ ਕਮਾਓ ਪਹਿਲਾਂ ਦਾ ਰਾਮ ਜੀ ਦਾ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਸਾਡੇ ਕੌਂਸਲਰ ਪਹੁੰਚੇ ਆ ਕੌਂਸਲਰ ਜਿੰਨੇ ਵੀ ਕੌਂਸਲਰ ਆਪਣਾ ਸਨਮਾਨ ਚਲ ਲੈ ਲੈਣ ਵਾਰੀ ਵਾਰੀ ਆ ਲਓ ਸਾਡਾ ਜੀ ਪਹੁੰਚੇ ਆ ਲਓ ਕੌਂਸਲ ਸਾਹਿਬ ਫਿਰ ਵਾਰੀ ਵਾਰੀ ਆਓ ਇਕੱਠੇ ਰਹੋ ਸਾਰੇ ਸ਼ਹਿਰ ਦੇ ਕੌਂਸਲ ਇਕੱਠੇ ਆ ਗਏ ਵਾਰੀ ਵਾਰੀ ਆਓ ਫਿਰ ਕੌਂਸਲ ਕੌਂਸਲ ਵਾਰੀ ਵਾਰੀ ਆਓ ਬਈ ਅੱਜ ਕਿਸ਼ਨਾ ਭੈਣ ਨੇ 500 ਰੁਪਇਆ ਜਸਵਿੰਦਰ ਸਿੰਘ ਜੀ ਢਿੱਲੋਂ ਆਪਣਾ ਸਨਮਾਨ ਚੰਦ ਪੰਕਜ ਰਾਜ ਜੀ ਸੰਗੋ ਨੇ ਸਾਰੇ ਕੌਂਸਲ ਬੁਲਾਏ ਆਪਾਂ ਕੋਈ ਪਾਰਟੀ ਨਹੀਂ ਸਭ ਦਾ ਸਾਂਝਾ ਤਿਉਹਾਰ ਚਾਹੇ ਅਕਾਲੀ ਚਾਹੇ ਕਾਂਗਰਸੀ ਚਾਹੇ ਬੀਜੇਪੀ ਚਾਹੇ ਸਾਰੇ ਜਿੰਨੇ ਵੀ ਕੌਂਸਲਰ ਆ
ਬੰਦ ਕਰ ਦਿਓ, ਹੁਣ ਆਪਾਂ ਕਰਾ ਲਈਏ ਯੁੱਧ ਕਰਾ ਲਈਏ, ਔਰ ਇਹਨੂੰ ਚਾਲੂ ਨਾ ਕਰੋ ਕਿਉਂਕਿ ਇਸ ਵੇਲੇ ਦੁਸਹਿਰਾ ਪੂਰਾ ਜੋੜਾਂ ਤੇ ਇਹਨੂੰ ਬੰਦ ਕਰਕੇ ਕਹਿੰਦੇ ਚਲੋ ਬਾਜ਼ਾਰ ਚ ਜਾਂਦੇ ਗੱਲ। ਕੋਈ ਮੇਰਾ ਵੀਰ ਕੋਈ ਕੌਂਸਲ ਰਹਿੰਦਾ ਨਾ ਹੋਵੇ, ਹੱਥ ਜੋੜ ਕੇ ਬੇਨਤੀ ਹੈ ਕੋਈ ਆਪਣਾ ਸਨਮਾਨ ਚੱਲ ਲੈ ਲਓ। ਜਸਵੰਤ ਤੇ ਮੈਂ ਭਾਜੀ ਸਾਡੇ ਇੱਕ ਮਿੰਟ ਹੋਣਾ, ਇੱਕ ਮਿੰਟ ਸਾਡੇ ਬਸ ਕਰ ਦੀ, ਇੱਕ ਮਿੰਟ ਬਸ ਕੋਈ ਬੇਨਤੀ ਹੈ ਐਮ ਸੀ ਸਾਹਿਬ ਕੁਰਸੀਆਂ ਤੇ ਬਿਰਾਜਮਾਨ ਹੋ ਜਾਣ। ਮੈਂ ਬੇਨਤੀ ਕਰਾਂਗਾ ਮੈਡਮ ਚੌਧਰੀ ਜੀ ਨੂੰ ਕਿ ਉਹ ਵੀ ਸਨਮਾਨ ਚਿੰਨ੍ਹ ਲੈ ਲੈਣ। ਸਨਮਾਨ ਚਿੰਨ੍ਹ ਮੈਡਮ ਚੌਧਰੀ ਜੀ, ਜਿਹੜੇ ਪੀਏ ਪਟਕੇ ਵਾਲੇ ਆ ਸਾਈਡ ਤੇ ਹੋ ਜਾਣ ਸਿਰਫ ਮੈਦਾਨ ਦੇ ਵਿੱਚ। ਹਨੂੰਮਾਨ ਜੀ ਮਹਾਰਾਜ ਡਿਊਟੀ ਲੈ ਕੇ ਆ ਰਹੇ ਆ, ਲਕਸ਼ਮਣ ਮੂਸ਼ਾ ਹੋਈ ਆ ਜੀ, ਦੁਨੀਆ ਚਲੋ ਨਾ ਸ਼ੁਰੂ ਨਾ। ਔਰ ਸਾਡੇ ਮੈਡਮ ਕਰਮਜੀਤ ਕੌਰ ਜੀ ਚੌਧਰੀ, ਮਾਈਕ ਹੈਗਾ ਲੱਗਾ, ਮਾਈਕ ਹੈਗਾ ਉੱਥੇ ਲੱਗਾ ਜੀ। ਸਾਡੇ ਗੁੱਗਲ ਜੀ, ਸਾਡੇ ਚੇਅਰਮੈਨ ਸੋਢੀ ਸਾਹਿਬ, ਔਰ ਸਾਡੇ ਵਕੀਲ ਸਾਹਿਬ ਐਡਵੋਕੇਟ, ਔਰ ਤੁਹਾਡੇ ਸਾਰੇ, ਤੁਸੀਂ ਜਿੰਨੇ ਵੀ ਆਏ ਹੋ ਸਾਡੇ ਲਈ ਕੋਈ ਕਿਸੇ ਤੋਂ ਘੱਟ ਨਹੀਂ, ਤੁਸੀਂ ਸਾਰੇ ਰਾਜੇ ਹੋ ਜਿੰਨੇ ਵੀ ਇੱਥੇ ਆਏ ਹੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਿ ਤੁਸੀਂ ਰਾਮਨਾ ਸਾਰਾ ਕਮੇਟੀ ਲਾ ਕੇ ਮਾਣ ਵਧਾਇਆ। ਜਿੰਨੇ ਵੀ ਮੇਰੇ ਵੀਰ ਭੈਣ ਭਰਾ ਬਜ਼ੁਰਗ ਬੱਚੇ ਆ, ਅਸੀਂ ਮੈਡਮ ਚੌਧਰੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਇਲਾਕੇ ਦੇ ਐਮ ਪੀ ਨੇ, ਔਰ ਸਾਡੇ 1100 ਰੁਪਈਆ ਐਬਸੋਲੂਟ ਐਜੂਕੇਸ਼ਨ ਐਂਡ ਓਵਰਸੀਜ਼ ਕਸਟਮ ਨੀਅਰ ਇੰਡੀਅਨ ਬੈਂਕ ਜੀ ਡੀ ਰੋਡ ਕਰਾਇਆ ਮੈਂਬਰ ਸਾਰਾ ਕਮੇਟੀ। ਇੱਕ ਮਿੰਟ ਹਾਂਜੀ, ਪਵਨ ਭਾਜੀ ਆਓ, ਆ ਜਾਓ ਜੀ, ਗੋਪਾਲ ਜੀ, ਇੱਕ ਮਿੰਟ, ਫੋਟੋਗ੍ਰਾਫਰ ਸਾਹਿਬ, ਅੱਛਾ ਜੀ, ਰਾਜੀ ਸਾਡੇ ਥੈਂਕ ਯੂ ਵਿਜੇ ਸੰਦਰ ਜੀ ਔਰ ਗੋਲਡੀ ਦਵਾਨ ਜੀ ਜਿਨ੍ਹਾਂ ਨੇ ਦੁਸਹਿਰਾ ਕਮੇਟੀ ਦਾ ਅੱਗੇ ਮਾਣ ਵਧਾਇਆ। ਦੁਸਹਿਰਾ ਕਮੇਟੀ ਦੁਸਹਿਰਾ ਕਮੇਟੀ ਦੇ ਮੈਂਬਰ ਤੋਂ ਖੜੇ ਥੱਲੇ ਸਟੇਜ ਤੋਂ ਆ ਜਾਓ, ਜਿਹੜਾ ਸਾਨੂੰ ਫੜ ਕੇ ਲਾਉਣੇ ਪੈਣੇ ਨੇ, ਮੇਰੇ ਵੀਰ ਬਿਨਾਂ ਦੁਸਹਿਰਾ ਕਮੇਟੀ ਦੇ ਪਿੱਛੇ ਖੜੇ ਆ। ਸਾਡੇ ਐਫ ਜੀ ਜੇ ਔਰ ਸਰਦਾਰ ਮਹਿੰਦਰ ਸਿੰਘ ਜੀ ਮੈਂਬਰ ਦੁਸਹਿਰਾ ਕਮੇਟੀ, ਉਹਨਾਂ ਦੇ ਬੇਟੇ ਜੀਆਂ ਨੂੰ ਆਖਦੇ ਹਾਂ ਅਸੀਂ, ਬੜਾ ਮਾਣ ਕੀਤਾ ਸਾਡਾ ਵਿਜੇ ਸੁੰਦਰ ਜੀ ਔਰ ਗੋਲਡੀ ਦਵਾਨ ਜੀ ਨੇ ਰਾਮ ਜੀ ਮਹਾਰਾਜ ਚੜ੍ਹਦੀ ਕਲਾ ਰੱਖਣ, ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਰਾਜੀ ਮੈਂ ਬੱਲੇ ਬੱਲੇ ਬਹੁਤ ਬਹੁਤ ਧੰਨਵਾਦ ਜੀ ਰਾਜੀ। ਔਰ ਸਾਡੇ ਬੇਨਤੀ ਆ ਪੱਤਰਕਾਰਾਂ ਦੀ, ਬਾਈ ਮੈਂ ਬੇਨਤੀ ਕਰਾਂਗਾ, ਸਾਡੇ ਜਿੰਨੇ ਕਲੈਕਸ਼ਨ ਕਮੇਟੀ ਦੇ ਮੈਂਬਰ ਹੈ ਸੁਭਾਸ਼ ਸ਼ਰਮਾ ਜੀ ਔਰ ਸ਼ਸਤਰੀ ਭਾਜੀ ਤੁਸੀਂ ਵੀ ਆ ਜਾਓ, ਪੱਤਰਕਾਰ ਵੀਰਾਂ ਨੂੰ ਬੇਨਤੀ ਦੇ ਸਨਮਾਨ ਚ ਲੈ ਲੈਣ। ਇਸ ਸਾਲ ਪੱਤਰਕਾਰ ਵੀਰਾਂ ਨੇ ਵੀ ਸਾਡਾ ਬੜਾ ਮਾਣ ਕੀਤਾ ਰਾਮਨਾਥ ਸਾਰਾ ਕਮੇਟੀ ਦਾ,
ਮੈਂ ਕੁੰਦਨ ਸ਼ਰਮਾ ਜੀ ਨੂੰ, ਪ੍ਰਧਾਨ ਜੀ ਨੂੰ ਕਹਿੰਦਾ ਆਪਣਾ ਸਨਮਾਨ ਚੰਦ ਜੀ। ਆਪਣੇ ਸਮਾਜੀ ਤੇ ਆ ਜਾ ਕਰੋ ਜੀ। ਔਰ ਸਾਡੇ ਮਨੀਸ਼ ਬਾਵਾ ਜੀ, ਰਾਜਦੀਪ ਜੀ ਲੜਕਾ ਤੋਂ ਮੇਰਾ ਵੀਰ ਪਹੁੰਚੇ ਸਾਡੇ ਕੋਲ, ਕਿੱਥੇ ਆ ਜੀ, ਆ ਜਾਓ ਮੰਚ ਦੇ ਭਾਜੀ। ਬੜਾ ਮਾਣ ਕੀਤਾ ਰਾਮਨਾਥ ਸਹਿਰਾ ਕਮੇਟੀ ਦਾ ਸਾਡਾ ਇਹਨਾਂ ਨੇ। ਰਾਜਦੀਪ ਮੇਰਾ ਵੀਰ ਛੋਟੇ ਲੜਕੇ ਤੋਂ ਬਹੁਤ ਸਾਰੀ ਮਾਇਆ ਭੇਜੀ ਇਹਨਾਂ ਨੇ ਰਾਮਲੀਲਾ ਦੇ ਲਈ। ਪੱਤਰਕਾਰ ਆ ਭਾਈਚਾਰਾ, ਪਹਿਲੀ ਵਾਰੀ ਜੰਮ ਕੇ ਐਨਕੀ, ਅੱਗੇ ਇੱਕ ਦੋ ਪੱਤਰਕਾਰ ਲੈ ਕੇ ਐਨਕੀ, ਪੱਤਰਕਾਰ ਭਾਈਚਾਰਾ ਪੂਰਾ ਜੰਮ ਗਿਆ। ਪਿੱਛੇ ਰੱਖਦੇ ਪੁੱਤਰ, ਪਿੱਛੇ ਰੱਖਦੇ ਜੀ ਆ ਕੇ। ਉਹ ਸਾਡੇ ਮੈਂਬਰ ਤਾਂ ਲੈ ਲਓ, ਕੱਲੇ ਫੋਟੋ ਖਿਚਾਈ ਜਾਂਦੇ ਆ। ਉਹ ਸਾਡੇ ਮੈਂਬਰ ਤਾਂ ਆਓ, ਦਵਿੰਦਰ ਜੀ ਆ ਜਾਓ ਇੱਥੇ ਆਓ। ਉਹ ਸਾਡੇ ਮੈਂਬਰ ਤਾਂ ਲਾਓ ਨਾਲ, ਪੱਤਰ ਦੋਵਾਂ ਦੋਵਾਂ ਸਭ ਦੋਵਾਂ ਚਿੰਤਾ ਰੱਖੋ। ਆ ਪਹਿਲਾਂ ਪੱਤਰਕਾਰ ਭਾਈਚਾਰਾ ਹੋ ਜਾਏ। ਜੇਕਰ ਸਾਡੇ ਆ ਇੱਧਰ ਭਾਜੀ ਰਾਜਦੀਪ ਸਿਆਜੇ ਨਾਲ ਹੋ ਗਏ, ਬੱਚੇ ਲੈ ਲਓ ਦੋਵਾਂ ਦੋਵਾਂ ਥਾਣ ਭਾਈ ਥਾਣੇ ਦਾ ਅਜੇ ਸਭ ਵੱਡਾ ਸਨਮਾਨ ਚੱਲ ਪਿਆ ਵੱਡਾ ਬੱਚੇ। ਸਨਮਾਨ ਚੰਦ ਇੱਕ ਦੋ ਜੀ ਪਾਣੀ ਥੋੜ੍ਹੇ ਲਓ ਭਾਜੀ, ਛੋਟੋ ਭਾਜੀ। ਅਤੇ ਸਾਡੇ ਏ ਪੀ ਐਸ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ, ਇੱਕ ਸਨਮਾਨ ਚੰਦ ਸਤਨਾਮ ਜੀ, ਆ ਪੱਪੂ ਹੁਣ ਮਾਈਕ ਨਾਲ ਨਾਲ ਚੱਲ ਲੈਣ ਦਿਓ, ਕਿਉਂਕਿ ਦੁਸਹਿਰਾ ਜੀ ਕਰਾ ਰਹੇ ਲਾਈਵ ਉਹਨੂੰ। ਕੋਈ ਨੀ ਕੋਈ ਨਹੀਂ, ਅੱਜ ਆਪਾਂ ਲੜਨਾ ਨੀ ਕਿਸੇ ਨਾਲ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਓ। ਜਿਨ ਪਰਮਿੰਦਰ ਸਿੰਘ ਬਿੰਦੀ ਠੇਕੇਦਾਰ ਸਾਡਾ ਮੈਂਬਰ ਸਾਰਾ ਕਮੇਟੀ, ਬੜਾ ਸਾਥ ਦਿੱਤਾ ਇਹਨਾਂ ਨੇ, ਔਰ ਸਾਡੇ ਪਿਛਲੇ 10 ਦਿਨ ਤੋਂ ਲਗਾਤਾਰ ਮਿਹਨਤ ਕਰ ਰਹੇ ਆ। ਦਲਵਿੰਦਰ ਸਿੰਘ ਇਹ ਵੀ ਆਪਣਾ ਸਨਮਾਨ ਚੱਲ ਲੈ ਲਵੇ ਮੇਰਾ ਵੀਰ। ਉਸਤਾਦ ਗੁਰਮੁਖ ਸਿੰਘ ਉਹ ਵੀ ਸਨਮਾਨ ਚੱਲ ਲੈ ਲਿਆ, ਔਰ ਕੁਲਵਿੰਦਰ ਸਿੰਘ, ਸਤਨਾਮ ਸਿੰਘ ਜਿਹਨਾਂ ਦੇ ਖੇਤਾਂ ਦੇ ਵਿੱਚ ਆਪਾਂ ਹਰ ਸਾਲ ਦੁਸਹਿਰਾ ਲਾਉਂਦੇ ਹਾਂ, ਉਹ ਵੀ ਅਗਰ ਜੱਗੂ ਹੁਣੇ ਆਏ ਤਾਂ ਆਪਣਾ ਸਨਮਾਨ ਚੱਲ ਲੈ ਲੈਣ। ਹਰ ਸ਼ਰਮਾ ਜੀ, ਅਗਰ ਸਾਡੇ ਤਹਿਸੀਲਦਾਰ ਸਾਹਿਬ ਤਪਰ ਧਨੌੜ ਜੀ ਕਿਤੇ ਆਏ ਹੋ, ਹਾਂ ਕਹਿੰਦਾ ਉਹਨਾਂ ਦਾ ਇੱਕ ਇਹਨਾਂ ਸਨਮਾਨ ਚੰਦ ਦੇ ਦੁਸਹਿਰਾ ਗੁਰਮੁਖ ਪੰਮੇ ਭਾਜੀ ਸੁਭਾਸ਼ ਜੀ, ਅਤੇ ਨਾਲ ਇੱਧਰ ਦਿਓ, ਇੱਧਰ ਦਿਓ ਗੌਰਵ ਜੀ ਆ ਗਏ, ਇੱਧਰ ਇੱਧਰ ਪਹਿਲਾਂ ਗੌਰਵ ਨੂੰ ਦੇ ਦਿਓ, ਉਸ ਤੋਂ ਬਾਅਦ ਇੱਧਰ ਬਾਰੀ ਹੈ। ਕੁੰਭ ਤੋਂ
ਮਨੀ ਸ਼ਰਮਾ ਜਿਹਨੇ 11,000 ਦੀ ਸੇਵਾ ਕੀਤੀ ਹੈ। ਦਲਵਿੰਦਰ ਸਿੰਘ ਨੂੰ ਦੋ ਚਾਰ ਤੱਕ ਸਨਮਾਨ ਚਾਹੁੰਦਾ। ਹਰ ਸਾਲ ਆਪਣੇ ਖੇਤਰਾਂ 'ਚ ਰਾਵਣ ਲਵਾਉਂਦੇ ਆ ਔਰ ਪੂਰੀ ਸਫਾਈ ਕਰਵਾ ਕੇ ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ ਔਰ ਸਾਡੇ ਫਲੋਰ ਦੁਸਹਿਰਾ ਕਮੇਟੀ ਵੱਲੋਂ ਜੀ ਆਇਆਂ ਨੂੰ ਔਰ ਉਹਦੇ ਨਾਲ ਸਾਡੇ ਪਵਨ ਪਟਵਾਰੀ ਜੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜਿੰਨੇ ਵੀ ਤੁਸੀਂ ਆਏ ਹੋ ਚਾਹੇ ਕਿਸੇ ਪਿੰਡ ਤੋਂ ਆਏ ਹੋ ਚਾਹੇ ਸਾਡੇ ਸ਼ਹਿਰ ਤੋਂ ਆਏ ਹੋ ਕਿਸੇ ਵੀ ਸੰਸਥਾ ਤੋਂ ਆਏ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ। ਸਫਾਈ ਸੇਵਕਾਂ ਨੂੰ ਇੱਕ ਦੇਵੇ ਜੀ, ਸਫਾਈ ਸੇਵਕਾਂ ਨੂੰ ਪੱਟਾ ਦਿਓ, ਸਫਾਈ ਵੱਡੀ ਕੀਤੀ ਇਹਨਾਂ ਨੇ। ਮੈਂ ਹੁਣ ਬਾਕੀ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਮੰਚ ਤੋਂ ਸਾਈਡ 'ਤੇ ਹੋ ਜਾਓ। ਇਸ ਵੇਲੇ ਠਾਠਾ ਮਾਰਦਾ ਰਸ਼ਾ ਦੇਵਤਾ ਰਾਮਲੀਲਾ 'ਚ ਜੇ ਪੁੱਛਣਾ ਹੋਰ ਪਛਾੜਦੇ ਹੋਰ ਦੇ ਦਿੰਦੇ ਆ। ਬਹੁਤ ਹੀ ਸਤਿਕਾਰਯੋਗ ਗੁੜਾਇਆ ਦੇ ਦੁਸਹਿਰਾ ਕਮੇਟੀ ਦੇ ਮੇਰੇ ਬਹੁਤ ਹੀ ਆਦਰਨੀਯ ਮੈਂਬਰ ਸਾਹਿਬਾਨ, ਗੁੜਾਇਆ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਬਿੱਟੂ ਜੀ ਔਰ ਉਹਨਾਂ ਨਾਲ ਆਏ ਸਾਰੇ ਹੀ ਸਾਡੇ MP ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਜ਼ਿਆਦਾ ਦਿਲ ਦੀ ਗਹਿਰਾਈਆਂ ਤੋਂ ਮੈਂ ਦੁਸਹਿਰੇ ਦਾ ਤੁਹਾਨੂੰ ਵਧਾਈ ਦਿੰਦੀ ਹੈ ਔਰ ਦੁਸਹਿਰੇ ਦੇ ਇਸ ਪਰਵ 'ਤੇ ਇਕੱਠੇ ਹੋਣ 'ਤੇ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਆਉਣ ਵਾਲੇ ਸਮੇਂ ਦੇ ਲਈ ਦੁਆ ਕਰਦੇ ਹਾਂ ਕਿ ਉਹ ਬੜਾ ਸੁਖਮਈ ਹੋਵੇ। ਜਿਸ ਤਰ੍ਹਾਂ ਤੁਸੀਂ 9 ਨਰਾਤੇ 'ਚ ਆਪਣੇ 7 ਦਿਨ 8 ਦਿਨ ਸਾਤਵਿਕ ਭੋਜਨ ਕਰਕੇ ਨੌਵੀਂ ਪੂਜੀ, ਅਸ਼ਟਮੀ ਪੂਜੀ ਔਰ ਅੱਜ 10ਵੇਂ ਦਿਨ ਤੁਸੀਂ ਆਪਣੇ ਸਾਰੇ ਅਹਿਮ ਅਹੰਕਾਰ ਆਪਣੇ 'ਚੋਂ ਜਿਹੜੀਆਂ ਅਸੀਂ ਕੁਛ ਬੁਰਾਈਆਂ ਪਾੜ ਲੈਂਦੇ ਹਾਂ ਉਹਨਾਂ ਸਾਰਿਆਂ ਦਾ ਮੈਂ ਸਮਝਦੀ ਹੈ ਆਪਾਂ ਨੂੰ ਰਲ ਕੇ ਉਹਦਾ ਦਹਿਨ ਕਰਨਾ ਚਾਹੀਦਾ ਹੈ। ਚਾਹੇ ਆਪਾਂ ਰਾਵਣ ਦਾ ਦਹਿਨ ਮੰਨਦੇ ਹਾਂ ਲੇਕਿਨ ਮੈਂ ਆਪਣੀ ਛੋਟੀ ਜਿਹੀ ਹੰਬਲ ਵਿਜ਼ਡਮ ਨਾਲ ਇੱਕੋ ਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹ ਸਾਰੇ ਜੋ ਇਕੱਠ ਹੈ ਉਹ ਇਹ ਤਹੀਆ ਕਰੇ ਕਿ ਅੱਜ ਰਾਵਣ ਦੇ ਕੀਤੇ ਹੋਏ ਪਾਪ ਤੂੰ ਜਿਹਨੂੰ ਆਪਾਂ ਸਦੀਆਂ ਤੋਂ ਸਾੜ ਰਹੇ ਹਾਂ ਉਸ ਤੋਂ ਵੀ ਜ਼ਿਆਦਾ ਘਿਨੌਣੇ ਔਰ ਮਾੜਾ ਜਿਹੜਾ ਅੰਤਰ ਹੈ ਸਾਡੇ ਪਾਪਾਂ ਦਾ ਉਹ ਧਰਤੀ 'ਤੇ ਵਧਿਆ ਹੋਇਆ ਹੈ। ਔਰ ਮੈਂ ਸਮਝਦੀ ਹਾਂ ਕਿ ਜੇ ਅਸੀਂ ਸਾਰੇ ਇਕੱਠੇ ਹੋ ਕੇ ਰਾਵਣ ਦਾ ਵੱਧ ਦੇਖਣ ਆਉਂਦੇ ਹੈ ਤਾਂ ਅਸੀਂ ਇਕੱਲੇ ਇਕੱਲੇ ਹੋ ਕੇ ਆਪਣੇ ਆਪ ਦੇ ਵਿੱਚੋਂ ਵੀ ਕਾਮ, ਕ੍ਰੋਧ, ਮੋਹ, ਅਹੰਕਾਰ ਇਹ ਸਾਰੇ ਬੁਰਾਈਆਂ ਦਾ ਜਿਹੜਾ ਹੈ ਉਹ ਖਾਤਮਾ ਕਰੀਏ ਔਰ ਦੁਸਹਿਰੇ ਨੂੰ ਇੱਕ ਨਵਾਂ ਰੂਪ ਦਈਏ ਜਿਹਦੇ ਵਿੱਚ ਆਪਾਂ ਆਪਣੇ ਤਿਉਹਾਰਾਂ ਦੇ ਵਿੱਚ ਇਕੱਠ ਹੋ ਕੇ ਨਸ਼ਿਆਂ ਤੋਂ ਪਰੇ ਹੋਈਏ, ਹੋਰ ਬੁਰਾਈਆਂ ਜਿਹੜੀਆਂ ਸਾਡੇ ਸਮਾਜ 'ਚ ਪੈ ਚੁੱਕੀਆਂ ਹਨ ਆਪਸੀ ਬਰਾਬਰੀ ਦੀ ਬਣੀ ਰਹੇ, ਸਮਾਜ ਇਕੱਠਾ ਹੋ ਕੇ ਚੱਲੇ ਔਰ ਸਮਾਜ ਜਿਹੜਾ ਹੈ ਜਿੱਥੇ ਮਨ ਦੀ ਸਫਾਈ ਕਰੇ ਉੱਥੇ ਆਪਣੇ ਵਾਤਾਵਰਣ ਔਰ ਆਪਣੇ ਚੁਗਿਰਦੇ ਦੀ ਵੀ ਜਿਹੜੀ ਹੈ ਉਹ ਸਫਾਈ ਕਰੇ ਜਿਸਦੇ ਨਾਲ ਇੱਕ ਅੱਛਾ ਸੁਖਮੈ ਅਸੀਂ ਨਵਾਂ ਪੰਜਾਬ ਦੀ ਸਿਰਜਣਾ ਕਰ ਸਕੀਏ।
ਆਪਣੇ ਆਪਣੇ ਘਰ ਨੂੰ ਆਪਾਂ ਸਵਾਰ ਲਈਏ ਤਾਂ ਦੇਸ਼ ਮੁਕੰਮਲ ਤੌਰ ਤੇ ਇੱਕ ਸੁੰਦਰ ਦੇਸ਼ ਬਣੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਲੰਬੇ ਭਾਸ਼ਣ ਨਾਲ ਇੰਗੇਜ ਨਹੀਂ ਰੱਖਣਾ ਚਾਹੁੰਦੀ, ਸਿਰਫ ਤੇ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਦੁਸਹਿਰੇ ਦੇ ਇਹ ਪਰਬ ਸਾਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੇ ਨੇ, ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਹਨਾਂ ਪਰਬਾਂ ਨੂੰ ਆਪਸ ਦੇ ਵਿੱਚ ਭਾਈਚਾਰੇ ਦੇ ਵਿੱਚ ਮਿਲਾ ਕੇ ਇਸ ਨੂੰ ਇੱਕ ਨਵੇਂ ਤਰੀਕੇ ਨਾਲ ਆਪਾਂ ਮਨਾਈਏ, ਔਰ ਸਾਰੇ ਇੱਕਜੁੱਟ ਹੋ ਕੇ ਆਪਣੇ ਲਈ, ਆਪਣੇ ਸਮਾਜ ਲਈ, ਆਪਣੇ ਪ੍ਰਾਂਤ ਲਈ, ਆਪਣੇ ਦੇਸ਼ ਲਈ ਜੋ ਅੱਛਾ ਅਸੀਂ ਕਰ ਸਕੀਏ ਉਹ ਸਾਨੂੰ ਕਰਨਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਚੌਧਰੀ ਸੰਤੋਖ ਸਿੰਘ ਜੀ MP ਵੱਲੋਂ, ਤੁਹਾਡੇ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਵੱਲੋਂ, ਆਪਣੇ ਵੱਲੋਂ ਆਪਣੇ ਔਰ ਕਾਂਗਰਸ ਪਾਰਟੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਤੁਹਾਡੇ ਆਉਣ ਵਾਲਾ ਸਮੇਂ ਖੂਬ ਸੁਖਮੈ ਹੋਵੇ, ਇਹਨਾਂ ਸ਼ਬਦਾਂ ਨਾਲ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈਆਂ ਦਿੰਦੀ ਹੋਈ, ਜੈ ਹਿੰਦ ਜੈ ਹਿੰਦ। ਇਹ ਸਨ ਸਾਡੇ ਸਤਿਕਾਰਯੋਗ ਪਰਿਵਾਰਕ ਮੈਂਬਰ, ਸਾਡੇ ਮਾਤਾ ਜੀ ਕਰਮਜੀਤ ਕੌਰ ਚੌਧਰੀ ਜੀ, ਜਿਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਸਮੁੱਚੇ ਚੌਧਰੀ ਪਰਿਵਾਰ ਵੱਲੋਂ ਆਪਣਾ ਪਿਆਰ ਭਰਿਆ ਸੁਨੇਹਾ ਜਿਹੜਾ ਅੱਜ ਸਮੁੱਚੀ ਸਾਧ ਸੰਗਤ ਨੂੰ ਦਿੱਤਾ, ਮੈਂ ਨਗਰ ਕੌਂਸਲ ਗੁਰਾਇਆਂ ਵੱਲੋਂ, ਦੁਸਹਿਰਾ ਕਮੇਟੀ ਵੱਲੋਂ, ਸਮੁੱਚੀ ਸਾਧ ਸੰਗਤ ਦਾ ਇੱਕ ਵਾਰ ਫਿਰ ਤਹਿ ਦਿਲੋਂ ਜੀਆਂ ਆਖਦਾ, ਜਿੰਨੇ ਨਗਰ ਨਿਵਾਸੀ ਆਲੇ ਦੁਆਲੇ ਪਿੰਡਾਂ ਤੋਂ ਜਿੰਨੀ ਸਾਧ ਸੰਗਤ ਅੱਜ ਪਹੁੰਚੀ ਦੁਸਹਿਰੇ ਤੇ ਹਮ ਹਮ ਆ ਕੇ, ਇਹ ਬਦੀ ਤੇ ਨੇਕੀ ਦਾ ਪ੍ਰਤੀਕ ਅੱਜ ਜਿਹੜਾ ਤੁਸੀਂ ਆਪਣੀ ਆਮਦ ਲਿਆ ਕੇ ਇੱਥੇ ਰੌਣਕ ਮੇਲਾ ਬਣਾਇਆ, ਨਗਰ ਕੌਂਸਲ ਗੁਰਾਇਆ ਵੱਲੋਂ, ਦੁਸਹਿਰਾ ਕਮੇਟੀ ਵੱਲੋਂ, ਤੁਹਾਡਾ ਇੱਕ ਇੱਕ ਕਦਮ ਜਿਹੜਾ ਉਹ ਸਾਡੇ ਸਿਰ ਮੱਥੇ ਹੈ। ਔਰ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਦੁਸਹਿਰਾ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਨੂੰ, ਨਗਰ ਨਿਵਾਸੀਆਂ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈ ਦਿੰਦਾ ਅੱਜ ਦੇ ਸ਼ੁਭ ਦਿਹਾੜੇ ਦੇ ਉੱਤੇ। ਔਰ ਹੁਣ ਮੈਂ ਸ਼ਰਮਾ ਜੀ ਨੂੰ ਬੇਨਤੀ ਕਰੂੰਗਾ ਕਿ ਸ਼ਰਮਾ ਜੀ ਜਿਹੜੇ ਆ ਸਾਡੇ ਗੁਰੂ ਜੀ ਪਵਨ ਸ਼ਰਮਾ ਜੀ, ਇਹਨਾਂ ਦਾ ਵੀ ਮਾਣ ਸਤਿਕਾਰ ਕਰਨਾ, ਕਿਉਂਕਿ ਇਸ ਤਰ੍ਹਾਂ ਛੋਟੇ ਛੋਟੇ ਸੀ, ਇਹਨੇ ਹੁਣ ਕਹਿਣਾ ਹੀ ਕੁੱਛੜ ਚੱਕੀ ਪੈਸੇ, ਇਹਨਾਂ ਨੂੰ ਵੀ ਵਧਾਈ ਆ। ਔਰ ਮੈਂ ਚਾਹੁੰਦਾ ਸਾਰੀ ਕਮੇਟੀ ਜਿਹੜੀ ਹੈ ਸ਼ਰਮਾ ਜੀ ਦਾ ਮਾਨ ਸਨਮਾਨ ਕਰੋ, ਆਓ ਬਹੁਤ ਲੱਖ ਲੱਖ ਵਧਾਈ ਸਮੁੱਚੀ ਦੁਸਹਿਰਾ ਕਮੇਟੀ ਵੱਲੋਂ, ਸਮੁੱਚੀ ਸਾਧ ਸੰਗਤ ਦਾ ਅਗਲਾ ਪ੍ਰੋਗਰਾਮ ਜਿਹੜਾ ਸ਼ਰਮਾ ਜੀ ਦੱਸਣਗੇ। ਦਾਸ ਤੱਕ ਸੇਵਾਦਾਰ ਆ ਜੀ, ਸਰ ਪ੍ਰਧਾਨ ਜੀ ਸਾਡੇ ਉਹਨਾਂ ਨੇ ਮਾਨ ਦਿੱਤਾ, ਅਸੀਂ ਤਾਂ ਉਹਨਾਂ ਨੂੰ ਸ਼ੁਕਰ ਗੁਜ਼ਾਰ ਹਾਂ ਉਹਨਾਂ ਦੇ। ਦਾਸ ਤੱਕ ਛੋਟਾ ਜਿਹਾ ਸੇਵਾਦਾਰ ਹੈ, ਸ਼ਹਿਰ 'ਚ ਕਿਸੇ ਕੰਮ ਲਈ ਸੇਵਾ ਹੋਵੇ ਦਾਸ ਤਿਆਰ ਹੈ। ਔਰ ਬੇਨਤੀ ਹੈ ਕਿ ਇਸ ਵੇਲੇ ਯੁੱਧ ਹੋ ਰਿਹਾ ਇੱਕ ਸਨਮਾਨ ਚੰਦ ਸੋਢੀ ਰਾਮ ਜੀ, ਚੇਅਰਮੈਨ ਸਾਹਿਬ ਆਵੇ ਪ੍ਰਧਾਨ ਜੀ, ਇੱਕ ਸਨਮਾਨ ਚੰਦ ਪਰ ਸੋਢੀ ਰਾਮ ਜੀ ਨੂੰ ਬੜਾ ਮਾਣ ਬਣਾਉਂਦੇ ਰਾਮ ਨਾਲ ਸਾਰਾ ਕਮੇਟੀ ਦਾ। ਸਾਡੇ ਪੱਤਰਕਾਰ ਸਾਹਿਬ ਵਾਲੇ ਰਹਿੰਦੇ ਆ ਮਨੀਸ਼ੀ, ਇਹ ਵੀ ਆਪਣਾ ਸਨਮਾਨ ਚੱਲ ਲੈਣਾ। ਮੈਂ ਸ਼ੋਰੂ ਮਹਿਤਾ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਅੱਗੇ ਦੱਸਣ ਕੀ ਚੱਲ ਰਿਹਾ ਇਸ ਵੇਲੇ ਯੁੱਧ, ਕਿਉਂਕਿ ਬਸ ਥੋੜੇ ਸਮੇਂ ਤੱਕ ਰਾਵੇ ਵਾਸ ਵਾਲੇ ਗਰਾਊਂਡ ਦੇ ਵਿੱਚ
ਰਾਵਣ ਰਾਮ ਦੀ ਸੈਨਾ ਦੇ ਵਿੱਚ ਯੁੱਧ ਹੋ ਰਿਹਾ। ਪਰਲੇ ਪਾਸੇ ਬਿਲਕੁਲ ਗੁਰਜਾ ਤਲਵਾਰਾਂ ਚੱਲ ਰਹੀਆਂ, ਵਾਵੇ ਵਾ ਬੱਲੇ ਬੱਲੇ। ਇਹ ਸੱਚੀ ਗੱਲ ਆ ਜਿਹੜੀ ਪ੍ਰਧਾਨ ਜੀ ਨੇ ਕਹੀ ਆ, ਬਿੱਟੂ ਪ੍ਰਧਾਨ। ਸੱਜਣਾ ਸਾਰਿਆਂ ਨੂੰ ਬੇਨਤੀ, ਪਿੱਛੇ ਪਿੱਛੇ ਆ ਜਾਓ ਮੇਰੇ ਵੀਰ, ਭੈਣ ਭਰਾ, ਬਜ਼ੁਰਗ ਬੱਚੇ। ਸਾਡੇ ਦਵਿੰਦਰ ਸਿੰਘ ਜੀ ਬੜਾ 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 ਧੰਨਵਾਦ ਹੈ, ਹਰ ਕੰਮ ਨੂੰ ਤਿਆਰ ਰਹਿੰਦੇ ਆ। ਅਸੀਂ ਕਿਹਾ ਜੀ ਖੱਡੇ ਕੱਢਣੇ ਆ, ਇੱਥੇ ਕੱਢਣੇ ਬਹੁਤ ਔਖੇ ਹੋਣੇ ਆ। ਫਟਾਫਟ ਵੱਡੀ ਇਲੈਕਟ੍ਰਿਕ ਡਰਿੱਲ ਲਾਇਆ ਜੀ, ਬੰਦੇ ਚਾਹੀਦੇ ਫਟਾਫਟ, ਇਹੋ ਜਿਹਾ ਸੇਵਕ ਚਾਹੀਦੇ ਆ। ਮੈਂ ਇੱਕ ਵਾਰੀ ਫੇਰ ਬਈਆ ਸੰਦਰ ਜੀ ਔਰ ਗੋਲਡੀ ਟਵਾਲ ਜੀ ਦਾ ਬੜਾ ਬੜਾ ਧੰਨਵਾਦ ਕਰਦਾ ਕਿ ਜਿਹਨਾਂ ਨੇ ਰਾਮ ਲੀਲਾ ਸਹਿਰਾ ਕਮੇਟੀ ਆ ਆ ਕੇ ਮਾਣ ਵਧਾਇਆ। ਜਿੰਨੇ ਵੀ ਕੌਂਸਲਰ ਆਏ ਨੇ, ਜਿੰਨੇ ਵੀ ਪੱਤਰਕਾਰ ਆਏ ਨੇ, ਜਿੰਨੇ ਵੀ ਪ੍ਰਧਾਨ ਆਏ ਨੇ, ਜਿਸ ਜਿਸ ਸੰਸਥਾ ਦੇ ਜਿਹਨਾਂ ਜਿਹਨਾਂ ਸੰਸਥਾਵਾਂ ਦੇ ਆਏ ਨੇ, ਸਾਰਿਆਂ ਨੂੰ ਰਾਮ ਲੀਲਾ ਦਸਹਿਰੀ ਕਮੇਟੀ ਵੱਲੋਂ ਧੰਨਵਾਦ ਹੈ ਬੜਾ ਬੜਾ ਉਹਨਾਂ ਦਾ। ਬੇਨਤੀ ਆ ਬਈ ਐਸ ਐਚ ਓ ਸਾਹਿਬ ਨੂੰ ਬੇਨਤੀ ਆ, ਪਿੱਛੇ ਨੂੰ ਕਰਾ ਦੇ, ਸਾਰੀ ਪਬਲਿਕ ਨੂੰ, ਪਿੱਛੇ ਨੂੰ, ਪਿੱਛੇ ਬਹੁਤ ਜਗ੍ਹਾ ਇਸ ਵੇਲੇ, ਸਾਰੇ ਪਿੱਛੇ ਪਿੱਛੇ ਨੂੰ ਕਰਾ ਦੇ, ਜੁੱਧ ਚੱਲ ਰਿਹਾ ਜੋੜਾਂ ਦੇ। ਇਸ ਵੇਲੇ ਰਾਵਣ ਦੀ ਪੂਰੀ ਤਲਵਾਰ ਘੁਮਾ ਰਹੇ ਆ, ਔਰ ਆਸੇ ਪਾਸੇ ਬਾਲੀ, ਸੁਗਰੀਵ, ਰਾਮ, ਲਕਸ਼ਮਣ, ਔਰ ਵਾਹ ਵਾਹ ਵਾਹ, ਬੱਲੇ 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 ਬੱਲੇ। ਬਾਕੀ ਪਿੱਛੇ ਹਰ ਦੋ ਪਿੱਛੇ ਤੂੰ ਜੋ ਚੱਲ ਰਿਹਾ, ਔਰ ਜੋੜਾਂ ਦੇ ਇਸ ਵੇਲੇ ਬੱਲੇ ਵਾਹ ਵਾਹ ਵਾਹ। ਰਾਵਣ ਬੰਦ ਹੋ ਗਿਆ ਜੀ, ਔਰ ਹੁਣ ਬੇਨਤੀ ਆ ਕੇ ਸਾਰੇ ਪਿੱਛੇ ਪਿੱਛੇ ਹੋ ਗਏ, ਪਟਾਕੇ ਬਹੁਤ ਜ਼ਿਆਦਾ ਆ। ਕਮੇਟੀ ਇਸ ਗੱਲ ਦੀ ਜ਼ਿੰਮੇਵਾਰ ਨਹੀਂ, ਪਹਿਲਾਂ ਕਈ ਜਾਂਦੇ ਪਿੱਛੇ ਪਿੱਛੇ ਹਟ ਜਾਏ ਨੇ, ਮੇਰੇ ਵੀਰ ਕੋਲ ਖੜੇ ਆ। ਔਰ ਬੇਨਤੀ ਆ ਪਟਾਕਿਆਂ ਤੋਂ ਬਾਅਦ ਕਿਸੇ ਨੇ ਅੱਗੇ ਨੂੰ ਨਹੀਂ ਜਾਣਾ, ਪ੍ਰਸ਼ਾਸਨ ਨੂੰ ਬੇਨਤੀ ਆ ਕਿ ਮੋਹਰੇ ਰਹੇ ਔਰ ਕਿਸੇ ਨੂੰ ਵੀ ਜਾਣ ਨਾ ਦੇਵੇ ਇੱਧਰ ਨੂੰ। ਵਾਹ ਵਾਹ ਵਾਹ, ਡਾਂਸ ਲਈ ਸਾਰੇ ਤੁਸੀਂ ਇੱਕੋ, ਡਾਂਸ ਲਈ ਕੋਈ ਭੈਣ ਭੇਦ ਨਹੀਂ ਕਿਸੇ ਦਾ ਵੀ। ਸਾਡੇ ਮੈਂਬਰ ਸਾਰਾ ਕਮੇਟੀ ਮੋਨੂ ਬੱਤਰਾ ਜੀ, ਉਹ ਵੀ ਅਗਲੇ ਸਾਲ ਡਬਲ ਪੈਸੇ ਦੇਣਗੇ, ਔਰ ਉਹਦੇ ਨਾਲ ਸਾਡੇ ਬਜਾਜ ਸਾਹਿਬ ਔਰ ਮੈਂਬਰ ਸਾਰਾ ਕਮੇਟੀ ਜੀ ਆਇਆਂ ਨੂੰ ਰਾਮ ਰਹਿਣਾ। ਅਗਲੀ ਪੇਟ ਹੋਣ ਲੱਗੀ, ਬਾਕੀ ਬਾਹਰ ਆ ਜਾਓ ਬਈ। ਭਵੀਸ਼ਣ ਜੀ ਮਹਾਰਾਜ ਅਗਲੀ ਦੇ ਰਹੇ ਆ, ਔਰ ਖਾਸ ਮੇਰੀਆਂ ਭੈਣਾਂ ਮਾਤਾਵਾਂ ਬੱਚੀਆਂ ਦਾ ਧੰਨਵਾਦ ਹੈ। ਪਿੱਛੇ ਵੀਰੇ ਪਿੱਛੇ ਪਿੱਛੇ ਹਟ ਜਾਓ, ਧੱਕਾ ਨਹੀਂ ਮਾਰਨਾ ਕਿਸੇ ਨੂੰ।
ਕਾਲੀ ਨਾ ਕਰੋ, ਰਸ਼ ਬਹੁਤ ਆ, ਕੌਂਸਲ ਨੇ ਖਿਲਾਰੀਆਂ ਹਨ ਇੱਥੇ, ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿਸੇ ਨੂੰ ਲਾਗੇ ਨਾ ਜਾਣ ਦਿੱਤਾ ਜਾਵੇ, ਔਰ ਮੈਂਬਰਾਂ ਨੂੰ ਬੇਨਤੀ ਹੈ ਕਿ ਅੱਗੇ ਖੜ ਜਾਓ। ਮੈਂ ਭੈਣਾਂ ਨੂੰ ਬੇਨਤੀ ਕਰੂੰਗਾ ਤੁਸੀਂ 5 ਮਿੰਟ ਰੁਕ ਜਾਓ ਭੈਣਾਂ ਨੂੰ, ਤਾਂ ਕਿ ਜੈਂਟਸ ਨੂੰ ਜਾ ਲੈਣ ਦੇ ਪਹਿਲਾਂ। ਮੇਰੀ ਆਰਾਮ ਨਾਲ ਕੋਈ ਧੱਕਾ ਮੁੱਕੀ ਨਾ ਕਰੋ, ਰਸ਼ ਬਹੁਤ ਹੈ ਇਸ ਵੇਲੇ, ਬੇਨਤੀ ਹੈ ਵੀ 5-7 ਮਿੰਟ ਠਹਿਰ ਲਓ ਤੁਸੀਂ ਸਾਰੇ। ਔਰ ਮੈਂ ਇੱਕ ਵਾਰੀ ਫਿਰ ਧੰਨਵਾਦ ਕਰਦਾ ਸਮੂਹ ਨਗਰ ਨਿਵਾਸੀਆਂ ਦਾ, ਔਰ ਸਾਰੇ ਮੇਰੇ ਵੀਰਾਂ ਦਾ, ਭੈਣਾਂ ਦਾ, ਭਰਾਵਾਂ ਦਾ, ਬੱਚਿਆਂ ਦਾ, ਜਿਹਨਾਂ ਦੇ ਸਹਿਯੋਗ ਦੇ ਨਾਲ ਇਹ ਦੁਸਹਿਰਾ ਹੁਣ ਜਿਹੜਾ ਕੁਰਸੀ 'ਤੇ ਬਹਿਣਾ ਬੈਠ ਸਕਦਾ ਇਸ ਵੇਲੇ ਆ ਕੇ, ਇਸ ਵੇਲੇ ਕੁਰਸੀਆਂ ਖਾਲੀ ਆ, ਜਿਹੜਾ ਮੇਰੇ ਵੀਰ ਨੂੰ ਕੁਰਸੀ ਨਹੀਂ ਮਿਲੀ, ਬੇਨਤੀ ਆ ਕਿ ਕੁਰਸੀ ਜਾ ਕੇ ਬੈਠ ਸਕਦਾ। ਬਹੁਤ ਬਹੁਤ ਧੰਨਵਾਦ ਹੈ। ਸਾਡੇ ਪ੍ਰਧਾਨ ਜੀ ਪਰੇ ਖੜੇ ਰਹਿ ਗਏ, ਹੁਣ ਲਗਾ ਪਈਆ ਸੁਰਿੰਦਰ ਕਾਲੀਆ ਜੀ ਜੀ ਆਇਆਂ ਨੂੰ, ਮਹਾਰਾਜ ਮੱਝ ਤੁਹਾਡੇ ਬਿਨਾਂ ਸੁਣਨਾ ਤੁਸੀਂ ਆਏ ਨਹੀਂ, ਮਾੜੀ ਗੱਲ ਆ। ਰਾਜ ਭਾਜੀ ਸਾਡੇ ਮੈਂਬਰ ਫੇਰਾ ਕਮੇਟੀ ਜੀ ਆਇਆਂ ਨੂੰ, ਭਾਈ ਦਰਸ਼ਨ ਦਿਆ ਕਰੋ ਭਰਾਵਾਂ ਦਾ, ਮਾਣ ਬੱਚਣ ਦਾ। ਔਰ ਬੇਨਤੀ ਆ ਵੇ ਕੀਲੇ, ਜਿਹੜਾ ਕੀਲੇ ਪੱਟ ਕੇ ਲਿਆ 5000 ਰੁਪਈਆ ਜੁਰਮਾਨਾ ਆ, ਖਿਆਲ ਰੱਖਿਓ। ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜਾ ਕੀਲਾ ਕੱਟੇ, ਮਨੋਜ ਕੁਮਾਰ ਬਿੱਟੂ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਹੈਲੋ ਹੈਲੋ, ਔਰ ਸਾਡੇ ਐਸ ਐਚ ਓ ਸਾਹਿਬ ਸਰਦਾਰ ਬਲਕਾਰ ਸਿੰਘ ਜੀ, ਔਰ ਸਾਰੇ ਮੈਂਬਰਾਂ ਦਾ, ਸਾਰੇ ਪੀਰਾਂ ਦਾ, ਸਰਦਾਰ ਦਵਿੰਦਰ ਸਿੰਘ ਜੀ ਬੂਟਾ ਮਾੜਾ ਭਾਜੀ, ਜਿਹਨਾਂ ਦਾ ਬੜਾ ਧੰਨਵਾਦ ਹੈ, ਦੁਸਹਿਰਾ ਕਮੇਟੀ ਵੱਲੋਂ, ਰਾਮਲੀਲਾ ਕਮੇਟੀ ਵੱਲੋਂ, ਧਰਮਵੀਰ ਜੀ ਬਿੱਲੋ, ਔਰ ਸਾਰੇ ਪੱਤਰਕਾਰ ਵੀਰਾਂ ਦਾ, ਸਾਰੇ ਪੁਲਿਸਰਾਂ ਦਾ, ਔਰ ਸਾਡੇ ਚੰਨੀ ਛਾਬੜਾ ਜੀ ਮੈਂਬਰ ਦੁਸਹਿਰਾ ਕਮੇਟੀ। ਮਾਨਾ ਦਿੱਤਾ ਤੇ ਕਈਆਂ ਨੇ ਧੰਨ ਨਾ ਦਿੱਤਾ, ਅਸੀਂ ਉਹਨਾਂ ਸਾਰੇ ਵੀਰਾਂ ਦਾ, ਸਾਰੇ ਬਜ਼ੁਰਗਾਂ ਦਾ, ਔਰ ਜਿੰਨੇ ਵੀ
ਔਰ ਸਾਡੇ ਸੀਨੀਅਰ ਮੈਂਬਰ ਜਿੰਨੇ ਵੀ ਹੋਏ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪਿਛਲੇ ਡੇਢ ਮਹੀਨੇ ਤੋਂ ਸਾਨੂੰ ਸੇਵਾਵਾਂ ਦੇ ਕੇ ਸਾਡੇ ਅਸ਼ੋਕ ਪਾਂਡਾ ਜੀ, ਅਸ਼ੋਕ ਮਲਹੋਤਰਾ ਜੀ, ਸੁਰਿੰਦਰ ਕਾਲੀਆ ਜੀ, ਬਿੱਲੂ ਜੀ, ਪਰਮਵੀਰ ਜੀ, ਜਸਵਿੰਦਰ ਸਿੰਘ ਜੀ ਚੌਂਤਾ, ਸਾਡੇ ਹਨੇਸ਼ ਮਹਿਤਾ, ਹਰਸ਼ ਮਹਿਤਾ, ਪਵਨ ਕੌਰਪਾਲ, ਸਤੀਸ਼ ਕੌਰਪਾਲ, ਸਾਡੇ ਸੌਰਵ ਮਦਨਲਾਲ ਜੀ ਮੱਦੀ, ਪੰਕਜ ਭਾਜੀ, ਸੁਭਾਸ਼ ਸ਼ਰਮਾ ਜੀ, ਵਿਜੇ ਸ਼ਰਮਾ ਜੀ, ਗੋਪਾਲ ਕਿਸ਼ਨ ਜੀ, ਮੈਂ ਬੇਨਤੀ ਕਰੂੰਗਾ ਗੋਪਾਲ ਕਿਸ਼ਨ ਜੀ ਨੂੰ, ਸੁਭਾਸ਼ ਸ਼ਰਮਾ ਜੀ ਨੂੰ ਦੋ ਮਿੰਟ ਲੱਗੇ ਆ ਜਾਣ, ਸਾਡੇ ਸੌਰਵ ਵਾਸਦੇਵ ਜੀ, ਸੁਭਾਸ਼ ਸ਼ਰਮਾ ਜੀ, ਮਨੀਸ਼ ਕੌਸ਼ਲ ਜੀ, ਜਿਨ੍ਹਾਂ ਜਿਨ੍ਹਾਂ ਨੇ ਸਾਡਾ ਰਾਹੁਲ ਪੁੰਜ ਜੀ, ਔਰ ਸਾਡੇ ਜਿੰਨੇ ਵੀ ਲਾਈਵ ਟੈਲੀ ਕਰ ਰਹੇ ਆ, ਸਤਵਿੰਦਰ ਜੰਡੂ ਜੀ ਜਿਹੜੇ ਲਾਈਵ ਕਰ ਰਹੇ ਆ ਇਸ ਵੇਲੇ, ਸਾਡੀ ਇਹ ਸਾਰੀ ਉੱਧਰੋਂ ਧਿਆਨ ਦਿਓ, ਮਲਿਆਣ ਨੂੰ ਫੋਟੋ ਜਾਣੀ ਮੇਰੇ ਸਰ ਨਾ ਕਰੋ, ਹਾਂ ਤੁਹਾਡੇ ਫੋਟੋ ਮਲਿਆਣ ਬੈਠੇ ਲੱਗ ਰਹੀ, ਕਿਆ ਬਾਤ ਹੈ, ਸੋ ਬੜਾ ਧੰਨਵਾਦ। ਹੈਲੋ ਸਾਰੇ ਪੁਲਿਸ ਮੁਲਾਜ਼ਮ ਦਾ, ਜਿਸ ਜਿਸ ਪ੍ਰਸ਼ਾਸਨ ਨੇ ਸਾਡਾ ਧੰਨਵਾਦ ਕੀਤਾ, ਔਰ ਸਾਡੇ SDM ਸਾਹਿਬ ਦਾ, ਤਹਿਸੀਲਦਾਰ ਸਾਹਿਬ ਦਾ, EO ਸਾਹਿਬ ਦਾ, ਨਗਰ ਪੰਚਾਇਤ ਦਾ, ਔਰ ਸਾਡੀ ਮਾਰਕੀਟ ਕਮੇਟੀ ਦਾ, ਔਰ ਆੜ੍ਹਤੀ ਐਸੋਸੀਏਸ਼ਨ ਦਾ, ਰਾਮਲੀਲਾ ਦੇ ਜਿੰਨੇ ਪਾਤਰ ਆ, ਰਾਮਲੀਲਾ ਦੇ ਜਥੇਰਾ ਕਮੇਟੀ ਦੇ ਜਿੰਨੇ ਮੈਂਬਰ ਹੈ, ਤਪਨ ਭਰੋੜ ਜੀ ਦਾ, ਔਰ ਸਾਰੀਆਂ ਸੰਸਥਾਵਾਂ ਜਿਹਨਾਂ ਜਿਹਨਾਂ ਸਾਡਾ ਸਾਥ ਦਿੱਤਾ, ਅਸੀਂ ਰਾਮਲੀਲਾ ਦਸਹਿਰਾ ਕਮੇਟੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤਹਿਸੀਲਦਾਰ ਤਪਨ ਭਰੋੜ ਜੀ ਜਿਨ੍ਹਾਂ ਨੇ ਸਾਡਾ ਬੜਾ ਸਾਥ ਦਿੱਤਾ, ਔਰ ਜਿਨ੍ਹਾਂ ਜਿਨ੍ਹਾਂ ਨੇ ਸ਼ਹਿਰ 'ਚ ਸਾਡਾ ਸਾਥ ਦਿੱਤਾ, ਪੱਤਰਕਾਰ, ਕੌਂਸਲਰ ਸਾਹਿਬਾਨ, ਪ੍ਰਧਾਨ ਸਾਹਿਬਾਨ, ਸਾਰਿਆਂ ਦਾ ਦਸਹਿਰਾ ਕਮੇਟੀ ਵੱਲੋਂ ਧੰਨਵਾਦ, ਧੰਨਵਾਦ, ਧੰਨਵਾਦ। ਜੈ ਸ਼੍ਰੀ ਰਾਮ ਜੀ, ਜੈ ਸ਼੍ਰੀ ਰਾਮ। ਔਰ ਹੁਣ ਮੈਂ ਔਰ ਮੈਂਬਰਾਂ ਨੂੰ ਬੇਨਤੀ ਆ ਵੀ ਆਪਣੀਆਂ ਗ੍ਰਿਲਾਂ ਲਾ ਲਈਏ ਆਪਾਂ, ਲਓ ਜੀ ਬਾਜਾ ਸ਼ੁਰੂ ਕਰੋ, ਤੇ ਸੈਰਾਂ ਨੂੰ ਲੈ ਕੇ ਰਾਮ ਜੀ ਕੀ ਨਿਕਲੀ ਸਵਾਰੀ, ਰਾਮ ਜੀ ਕੀ ਲੀਲਾ ਹੈ ਨਾਰੀ, ਆਪਣੇ ਜਿਹੜੇ ਸਾਡੇ ਮੈਂਬਰ ਆ ਇੱਥੇ ਰਹਿਣ, ਆਪਾਂ ਗ੍ਰਿਲਾਂ ਲਾ ਕੇ ਭੇਜੀ, ਗ੍ਰਿਲਾਂ ਲਾ ਕੇ ਆਪਾਂ ਸਾਰਿਆਂ ਭੇਜਣੇ ਚਾਹੁੰਦੇ ਜੀ, ਮੈਂ ਸਾਡੇ ਰਾਜਕੁਮਾਰ ਜੀ ਰਾਜਾ, ਰਾਜਕੁਮਾਰ ਜੀ ਰਾਜਾ, ਸਤੀਸ਼ ਕੌਰਪਾਲ ਜੀ ਡਾਇਰੈਕਟਰ, ਸਾਡੇ ਨਰੇਸ਼ ਪੁਰਾਂਕਰ ਜੀ, ਜਿੰਨੇ ਵੀ ਸਾਡੇ ਪਾਤਰ ਆ ਸਾਰਿਆਂ ਦੇ ਨਾਮ, ਸਾਰਾ ਕਮੇਟੀ ਵੱਲੋਂ ਬੜਾ ਧੰਨਵਾਦ ਹੈ, ਜਿਹਨਾਂ ਜਿਹਨਾਂ ਨੇ ਸਾਨੂੰ ਸੇਵਾਵਾਂ ਦਿੱਤੀਆਂ ਰਾਮਲੀਲਾ ਚ, ਔਰ ਸਾਡੇ ਦੁਸਹਿਰੇ ਚ ਸਹਿਯੋਗ ਕੀਤਾ।